गुरु हरिकृष्ण पब्लिक स्कूल लोनी रोड में गुरु नानक देव जी के प्रकाश पर्व मनाते हुए दीपमाला की गई। इसके साथ ही दीवान भी सजाया गया, जिसमें स्कूल के बच्चों के द्वारा शब्द कीर्तन गायन किया गया। ठाड़ी वार गाकर गुरु साहिब के जीवन इतिहास सुनाया गया। भाई बलजीत सिंह यूके के जत्थे द्वारा भी कीर्तन से संगत को निहाल किया। इस मौके पर स्कूल के चेयरमैन परविंदर सिंह लक्की, मैनेजर दविंदर सिंह के द्वारा गुरु नानक साहिब के जीवन इतिहास पर अपने विचार रखे। सभी गुरु हरिकृष्ण पब्लिक स्कूल में से केवल लोनी रोड स्कूल एक ऐसा है, यहां शिक्षा के साथ साथ धार्मिक विद्या और धर्म का प्रचार प्रसार कैसे किया जाए इसकी जानकारी भी बच्चों को दी जाती है। सिखा मिलाया कल युग पापी।
ਸੂਰਤ ਖੁਦਾ ਬਣ ਕੇ ਆਇਆ। ਜਦ ਬੱਦਲ ਜ਼ੁਲਮਾਂ ਦਾ ਭਾਰਤ ਤੇ ਛਾਇਆ ਸੀ, ਜਦ ਕੂੜ ਹਨੇਰੇ ਨੇ ਸੱਚ ਚੰਨ ਲੁਕਾਇਆ ਸੀ, ਤਦ ਸਤਿਗੁਰੂ ਨਾਨਕ ਨੇ ਮਾਨਸ ਦੇ ਧਾਰੀ ਸੀ, ਉਹ ਦਰਦੀ ਦੀਨਾ ਦਾ, ਰਾਤਾ ਗਮਗੀਨਾ ਦਾ, ਬਾਲੀ ਮਸਕੀਨਾ ਦਾ ਨਾਨਕ ਨਿਰੰਕਾਰੀ ਸੀ। ਜਦ ਪਾਪਾ ਜਦਾਲੀ ਬਾਪਾ ਦੀ ਸੀ ਡਾਡੀ ਭੜਕ ਰਹੀ, ਜਦ ਛਾਤੀ ਦੀਨਾ ਦੀ ਸੀ ਡਰ ਕੇ ਧੜਕ ਰਹੀ, ਅੰਮ੍ਰਿਤ ਦੇ ਛਿੱਟੇ ਦੇ ਜਿਹਨੇ ਦੁਨੀਆ ਠਾਰੀ ਸੀ, ਅੰਮ੍ਰਿਤ ਦੇ ਛਿੱਟੇ ਦੇ ਜਿਹਨੇ ਦੁਨੀਆ ਠਾਰੀ ਸੀ, ਉਹ ਦਰਦੀ ਦੀਨਾ ਦਾ, ਰਾਖਾ ਗਮਗੀਨਾ ਦਾ, ਬਾਲੀ ਮਸਕੀਨਾ ਦਾ ਨਾਨਕ ਨਿਰੰਕਾਰੀ ਸੀ। ਉਹ ਜਦੋਂ ਬਾਬਰ ਜਿਹਾ ਇਹ ਜ਼ੁਲਮ ਕਮਾਇਆ ਸੀ, ਉਹ ਫੜ ਫੜ ਸਾਧਾਂ ਨੂੰ ਜੇਲਾਂ ਵਿੱਚ ਪਾਇਆ ਸੀ। ਸੰਗਤ ਜੀ, ਦੁਖੀਆਂ ਦੇ ਕੀਤੇ ਜਿਹਨੇ ਤਕਲੀਫ ਲਾਈ ਸੀ, ਉਹ ਦਰਦੀ ਦੀਨਾ ਦਾ, ਰਾਖਾ ਗਮਗੀਨਾ ਦਾ, ਬਾਲੀ ਮਸਕੀਨਾ ਦਾ ਨਾਨਕ ਨਿਰੰਕਾਰੀ ਸੀ। ਭਗਤ ਬਣਾ ਦਿੱਤੇ, ਚਰਨੀਆਂ ਡਿਗਿਆ ਜਿਹਦੇ ਮਣੀ ਘਲਾਰੀ ਸੀ, ਉਹ ਦਰਦੀ ਦੀਨਾ ਦਾ, ਰਾਖਾ ਗਮਗੀਨਾ ਦਾ, ਬਾਲੀ ਮਸਕੀਨਾ ਦਾ ਨਾਨਕ ਨਿਰੰਕਾਰੀ ਸੀ। ਬੱਦਲ ਸਭ ਪਾਪਾਂ ਦਾ ਕੋਮਲ ਹੋ ਨੂਰ ਗਿਆ, ਸੰਗਤ ਜੀ ਇਹ ਪੁਨੀਆ ਪਾਗ ਭਰੀ, ਹੋ ਨੂਰੋ ਨੂਰ ਗਿਆ, ਉਹ ਜੀ ਜਿਨ ਉਸਦੇ ਆਵਣ ਦਾ, ਉਹ ਜੀ ਜਿਨ ਉਸਦੇ ਆਵਣ ਦਾ, ਜਿਹਨੇ ਦੁਨੀਆ ਧਾਰੀ ਸੀ, ਉਹ ਦਰਦੀ ਦੀਨਾ ਦਾ, ਰਾਖਾ ਗਮਗੀਨਾ ਦਾ, ਬਾਲੀ ਮਸਕੀਨਾ ਦਾ ਨਾਨਕ ਨਿਰੰਕਾਰੀ ਸੀ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ। ਜਗਤ ਗੁਰੂ ਜੀ ਨੇ ਬਚਪਨ ਵਿੱਚ ਕਈ ਕੌਤਕ ਕੀਤੇ। ਜੇ ਸਵਾਲ ਪੈਦਾ ਹੋਵੇ, ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਭ ਤੋਂ ਪਹਿਲਾਂ ਸਿੱਖ ਕੌਣ ਸੀ, ਤੇ ਨਾਮ ਆਵੇਗਾ ਬੇਬੇ ਨਾਨਕੀ ਦਾ। ਬੇਬੇ ਨਾਨਕੀ ਇਕੱਲੀ ਇਹੋ ਜਿਹੀ ਸਭ ਤੋਂ ਪਹਿਲਾਂ ਸ਼ਖਸ ਸੀ ਜਿਨ੍ਹਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਝਿਆ ਸੀ ਕਿ ਇਹ ਮੇਰਾ ਵੀਰ ਤੇ ਹੈਗਾ ਹੀ, ਪਰ ਇਹ ਪੂਰੀ ਦੁਨੀਆਂ ਤਾਰਨ ਆਇਆ। ਤੇ ਜੇ ਸਵਾਲ ਪੈਦਾ ਹੋਏ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਸਭ ਤੋਂ ਪਹਿਲਾਂ ਦੀਦਾਰ ਕਿਸ ਨੇ ਕੀਤੇ ਸੀ, ਨਾਮ ਆਵੇਗਾ ਦੌਲਤਾ ਦਾਈ ਦਾ, ਦੌਲਤਾ ਦਾਈ ਦਾ ਨਾਮ ਆਵੇਗਾ। ਤੇ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਦਾਈ ਨੇ ਮਹਿਤਾ ਕਾਲੂ ਜੀ ਨੂੰ ਕਿਹਾ, ਜੇ ਪੁੱਤਰ ਨੇ ਜਨਮ ਲਿਆ ਤੇ ਮੈਨੂੰ ਸੋਨਾ ਦੇ ਦਿਓ, ਚਾਂਦੀ ਦੇ ਦਿਓ, ਪੈਸੇ ਦੇ ਦਿਓ। ਮਹਾਰਾਜ ਦਾ ਅਵਤਾਰ ਹੋਇਆ, ਪਟਵਾਰੀ ਜੀ ਨੇ ਥਾਲ ਭਰ ਕੇ ਪੈਸਿਆਂ ਦੀ ਦਿੱਤੀ, ਤੇ ਦੌਲਤਾ ਦਾਈ ਨੇ ਮਨਾ ਕਰ ਦਿੱਤਾ। ਕਹਿੰਦੀ, ਨਾ ਪਟਵਾਰੀ ਜੀ, ਮੈਨੂੰ ਨਹੀਂ ਚਾਹੀਦੇ ਪੈਸੇ, ਅੱਜ ਜੋ ਦੌਲਤ ਤੁਹਾਡੇ ਪੁੱਤਰ ਨੇ ਇੱਕ ਵਾਰ ਅੱਖਾਂ ਭਰ ਕੇ ਮੈਨੂੰ ਦੇ ਦਿੱਤੀ ਹੈ ਨਾ, ਅੱਜ ਤੱਕ ਮੈਨੂੰ ਨਾ ਕੋਈ ਦੇ ਪਾਇਆ ਨਾ ਕੋਈ ਦੇ ਸਕੇਗਾ। ਜੋ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਇੱਕ ਵਾਰ ਅੱਖਾਂ ਭਰ ਕੇ ਮੈਨੂੰ ਦੇਖਿਆ, ਮੇਰੀ ਸਾਰੀ ਅੰਦਰ ਦੀ ਭੁੱਖ ਮਿਟ ਗਈ। ਦੌਲਤਾ ਦਾਈ ਬੜੀ ਮਸਤੀ 'ਚ ਤੁਰੀ ਜਾ ਰਹੀ ਹੈ। ਇੱਕ ਨੇ ਪੁੱਛਿਆ, ਦੌਲਤਾ ਬੜੀ ਮਸਤੀ 'ਚ ਤੁਰੀ ਜਾ ਰਹੀ ਹੈ, ਗੱਲ ਕੀ ਹੈ? ਤੇ ਅੱਗੋਂ ਦੌਲਤਾ ਕਹਿੰਦੀ ਕਿ ਜਿਸ ਚੰਨ ਦੇ ਅੱਜ ਮੈਂ ਦੀਦਾਰ ਕਰਕੇ ਆਈ ਹਾਂ, ਉਸ ਚੰਨ ਵਰਗਾ ਹੋਰ ਕੋਈ ਨਾ ਹੋਇਆ ਨਾ ਕੋਈ ਹੋਵੇਗਾ, ਉਸ ਚੰਨ ਵਰਗਾ ਨਾ ਕੋਈ ਹੋ ਸਕੇਗਾ, ਗੁਰੂ ਨਾਨਕ ਦੇਵ ਪਾਤਸ਼ਾਹ ਦੇ ਦੀਦਾਰ ਕਰਕੇ ਆਈ ਹਾਂ। ਫਿਰ ਵੀ ਅੱਗੇ ਉਸ ਨੇ ਪੁੱਛਿਆ, ਦੱਸ ਤੇ ਸਹੀ। ਤੇ ਅੱਗੇ ਜਿਹੜੀ ਦੌਲਤਾ ਦਾਈ ਸੀ ਨਾ, ਉਹ ਕਹਿੰਦੀ, ਜੇ ਕਿਸੇ ਚੰਗੇ ਬੱਚੇ ਨੂੰ ਜਨਮ ਦੇਣਾ ਹੋਵੇ
ਇਹ ਗੁਣ ਹੁੰਦੇ ਚੰਗੀਆਂ ਨਾਰੀਆਂ ਦੇ ਬੱਚਿਆਂ ਦੇ ਜਨਮ ਵੇਲੇ ਜਾਣਾ ਪੈਂਦਾ ਮੈਨੂੰ ਘਰ ਸਾਰੀਆਂ ਦੇ ਮੈਂ ਵਾਰ ਵਾਰ ਬਲਿਹਾਰ ਜਾਵਾਂ ਉਸਦੀ ਸੋਹਣੀ ਅੱਖੀਆਂ ਪਿਆਰੀਆਂ ਤੇ ਰੱਬ ਦੀ ਸੌਰਭ ਆਪ ਜੰਮਿਆ ਘਰ ਪਟਵਾਰੀਆਂ ਦੇ ਰੱਬ ਦੀ ਸੌਰਭ ਆਪ ਜੰਮਿਆ ਘਰ ਪਟਵਾਰੀਆਂ ਦੇ ਘਰ ਪਟਵਾਰੀਆਂ ਦੇ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਅਵਤਾਰ ਤੋਂ ਪਹਿਲਾਂ ਉਸ ਧਰਤੀ ਦਾ ਨਾਂ ਰਾਏ ਭੋਏ ਦੀ ਤਲਵੰਡੀ ਸੀ ਮਹਾਰਾਜ ਦੇ ਅਵਤਾਰ ਤੋਂ ਬਾਅਦ ਉਸ ਧਰਤੀ ਦਾ ਨਾਂ ਨਨਕਾਣਾ ਨਾਨਕ ਦਾ ਆਣਾ ਪੈ ਗਿਆ ਅੱਗੇ ਅਸੀਂ ਸਾਹਿਬ ਲਾ ਕੇ ਸਤਿਕਾਰ ਦਿਆਂ ਇਸ ਦੁਨੀਆਂ ਦੇ ਵਿੱਚ ਹੋਰ ਕੋਈ ਮਹਾਨ ਮਹਾਂਪੁਰਖ ਰਹਿਬਰ ਨਹੀਂ ਹੋਇਆ ਜਿਸ ਦੇ ਜਨਮ ਸਥਾਨ ਨੂੰ ਅਸੀਂ ਸਾਹਿਬ ਲਾ ਕੇ ਸਤਿਕਾਰ ਦਿਆਂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜਨਮ ਸਥਾਨ ਨੂੰ ਅਸੀਂ ਸਾਹਿਬ ਲਾ ਕੇ ਸਤਿਕਾਰ ਦਿਆਂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਚਪਨ ਵਿੱਚ ਅਨੇਕ ਕੌਤਕ ਕੀਤੇ ਇੱਕ ਸਾਖੀ ਮਹਾਰਾਜ ਦੇ ਜੀਵਨ ਵਿੱਚ ਆਉਂਦੀ ਹੈ ਮਹਾਰਾਜ ਦੀ ਨੌਕਰੀ ਮੋਦੀਖਾਨੇ ਦੇ ਵਿੱਚ ਲੱਗਦੀ ਹੈ ਕਿਵੇਂ ਬੇਬੇ ਨਾਨਕੀ ਅਤੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦਾ ਬੜਾ ਗੂੜਾ ਪ੍ਰੇਮ ਸੀਗਾ ਬਹੁਤ ਜ਼ਿਆਦਾ ਗੂੜਾ ਪ੍ਰੇਮ ਸੀਗਾ ਵਿਆਹ ਤੋਂ ਬਾਅਦ ਅਨੰਦ ਕਾਰਜ ਤੋਂ ਬਾਅਦ ਬੇਬੇ ਨਾਨਕੀ ਦੇ ਨਾਲ ਰਹਿਣ ਆ ਗਏ ਗੁਰੂ ਨਾਨਕ ਦੇਵ ਜੀ ਤੇ ਉੱਥੇ ਆ ਕੇ ਬੇਬੇ ਨਾਨਕੀ ਦੇ ਜਿਹੜੇ ਪਤੀ ਸੀ ਨਾ ਜੈ ਰਾਮ ਜੀ ਉਹਨਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਨੌਕਰੀ ਮੋਦੀਖਾਨੇ ਲਵਾ ਦਿੱਤੀ ਮੋਦੀਖਾਨੇ ਨੌਕਰੀ ਲਵਾਈ ਮਹਾਰਾਜ ਸਾਹਿਬ ਨੂੰ ਤੇਰਾ ਤੇਰਾ ਕਹਿ ਕੇ ਤੋਲਦੇ ਆ ਹਰ ਇੱਕ ਲੋੜਵੰਦ ਗਰੀਬ ਦੀ ਮਦਦ ਕਰਦੇ ਆ ਨਾਲ ਦੇ ਅਧਿਕਾਰੀਆਂ ਨੂੰ ਇਹ ਗੱਲ ਜਿਹੜੀ ਹੈ ਸਮਝ ਨਹੀਂ ਲੱਗੀ ਉਹਨਾਂ ਨੂੰ ਇਸ ਗੱਲ ਤੇ ਸ਼ੰਕਾ ਆ ਗਿਆ ਸ਼ੰਕਾ ਆਇਆ ਮਹਾਰਾਜ ਜੀ ਜਿਹੜੀ ਸੀ ਸ਼ਿਕਾਇਤ ਕੀਤੀ ਕਿ ਇਹ ਤੇਰਾ ਪੂਰਾ ਮੋਦੀਖਾਨਾ ਲੁਟਾ ਦੇਵੇਗਾ ਨਾਨਕ ਸਭ ਨੂੰ ਤੇਰਾ ਤੇਰਾ ਕਹਿ ਕੇ ਤੋਲਦਾ ਹੈ ਤੇਰਾ ਪੂਰਾ ਮੋਦੀਖਾਨਾ ਖਾਲੀ ਕਰ ਦੇਵੇਗਾ ਉਹ ਕਿਵੇਂ ਸ਼ਿਕਾਇਤ ਦੇ ਬੋਲ ਹੁੰਦੇ ਆ ਕੀ ਕੁਝ ਉਹ ਸ਼ਿਕਾਇਤ ਦੇ ਵਿੱਚ ਕਹਿੰਦੇ ਆ ਉਹ ਲਾਈਨਾਂ ਆਪਦੇ ਸਾਹਮਣੇ ਢਾਡੀ ਜੱਥਾ ਇਉਂ ਬਿਆਨ ਕਰ ਰਿਹਾ ਸਤਨਾਮ ਸ਼੍ਰੀ ਵਾਹਿਗੁਰੂ 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 ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾਕੋ ਅਰਦਾਸ ਇੱਕ ਓੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਦਿੱਠੈ ਸਭ ਦੁੱਖ ਜਾਏ
ਤੇਗ ਬਹਾਦਰ ਸਿਮਰੀਐ ਘਰ ਨੌਨ ਦਿਆਵੇ ਤਾਏ ਸਭ ਥਾਈ ਹੋਏ ਸਹਾਏ। ਦਸਵੇਂ ਪਿਤਾ ਪੰਚਕੇ ਵਾਲੇ ਸਾਹਿਬੇ ਕਮਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਉਹਨਾਂ ਦੀ ਸਹਾਇ। ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਧੰਨ 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 ਸ਼ਬਦਾ ਅਵਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਦੇਖ ਵਾਈ ਦੇਖ ਕੈਂਡਿਡ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਅਤੇ ਨੇਕ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਨਾਨਕ ਨਾਮ ਲੇਵਾ ਸਾਹਿਬ ਜਿਹੜਾ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਪੁਰਬ ਮਨਾ ਰਹੀਆਂ ਨੇ। ਅੱਜ ਗੁਰੂ ਹਰਕਿਸ਼ਨ ਪਬਲਿਕ ਸਕੂਲ ਲੋਨੀ ਰੋਡ ਵਿਖੇ ਵੀ ਸਾਰੇ ਬੱਚਿਆਂ ਵੱਲੋਂ ਔਰ ਸਾਰੇ ਸਟਾਫ ਵੱਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਆਪ ਜੀ ਦੇਖ ਸਕਦੇ ਹੋ ਕਿ ਪੂਰੀਆਂ ਇਲਾਕੇ ਦੀ ਸੰਗਤਾਂ, ਬਹੁਤ ਸਾਰੇ ਪਤਵੰਤੇ ਸੱਜਣ ਔਰ ਬੱਚੇ, ਪੂਰਾ ਸਟਾਫ, ਉਹਨਾਂ ਨੇ ਪੂਰਾ ਆਪਣਾ ਉਤਸ਼ਾਹਿਤ ਹੋ ਕੇ ਯੋਗਦਾਨ ਪਾਇਆ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨੂੰ ਮੁੱਖ ਰੱਖਦੇ ਹੋਏ ਬੱਚਿਆਂ ਨੇ ਕੀਰਤਨ ਗਾਇਨ ਕੀਤਾ ਔਰ ਇੱਕ ਸਪੈਸ਼ਲ ਜਿਹੜਾ ਬਹੁਤ ਸਮਾਂ ਤੋਂ ਇੱਥੇ ਟੀਮ ਤਿਆਰ ਕਰ ਰਹੀ ਸੀ ਲੋਨੀ ਰੋਡ ਸਕੂਲ ਦੇ ਵਿਚਕਾਰ, ਬੱਚਿਆਂ ਨੇ ਢਾਡੀ ਜੱਥਾ ਜਿਹੜਾ ਇਹ ਬਣਾਇਆ ਗਿਆ, ਉਹਨਾਂ ਨੇ ਢਾਡੀ ਪ੍ਰਸੰਗ ਢਾਡੀ ਵਾਰਾਂ ਗਾ ਕੇ ਔਰ ਇੱਥੇ ਸਾਰੀਆਂ ਸੰਗਤਾਂ ਨੂੰ ਇੱਕ ਆਤਮ ਵਿਭੋਰ ਕੀਤਾ ਹੈ। ਮੈਂ ਉਹਨਾਂ ਬੱਚਿਆਂ ਨੂੰ ਔਰ ਟੀਚਰਾਂ ਨੂੰ ਸਪੈਸ਼ਲ ਤੌਰ 'ਤੇ ਵਧਾਈ ਦਿੰਦਾ ਜਿਨ੍ਹਾਂ ਨੇ ਇਸ ਦੇ ਪਿੱਛੇ ਬਹੁਤ ਮਿਹਨਤ ਕੀਤੀ ਹੈ। ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ USA ਵਾਲੇ ਆਏ, ਉਹਨਾਂ ਨੇ ਆਪਣੀ ਗੁਰਬਾਣੀ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਜੀ ਕਾਲੋ, ਜਨਰਲ ਸਕੱਤਰ ਸਰਦਾਰ ਸਰਦਾਰ ਹਰਮੀਤ ਸਿੰਘ ਜੀ ਕਾਲਕਾ, ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਜੀ ਕਾਲੋ ਹੋਰਾਂ ਦਾ, ਜਿਹੜਾ ਕਿ ਹੱਲਾਸ਼ੇਰੀ ਦਿੰਦੇ ਨੇ, ਉਤਸ਼ਾਹਿਤ ਕਰਦੇ ਨੇ ਬੱਚਿਆਂ ਨੂੰ ਔਰ ਸਕੂਲਾਂ ਨੂੰ ਕਿ ਆਪਣੇ ਗੁਰਪੁਰਬ ਜਿਹੜੇ ਨੇ ਉਹ ਬੜੇ ਜ਼ੋਰਾਂ ਸ਼ੋਰਾਂ ਦੇ ਨਾਲ ਮਨਾਏ ਜਾਣ। ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਆਏ ਹੋਏ ਸਾਰੇ ਸਵਤੰਤਰ ਸੱਜਣਾਂ ਦਾ ਧੰਨਵਾਦ, ਬੱਚਿਆਂ ਦਾ, ਸਟਾਫ ਦਾ, ਸਾਰੀ ਮੈਨੇਜਮੈਂਟ ਦੇ ਨਾਲ ਕੰਮ ਕਰ ਰਹੇ ਸਾਰੇ ਬੰਦਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਦਿੰਦਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਮੂਹ ਸੰਗਤਾਂ ਨੇ ਔਰ ਸਮੂਹ ਬੱਚਿਆਂ ਨੇ ਸਾਡੇ ਸਕੂਲ ਦੇ 555ਵਾਂ ਪ੍ਰਕਾਸ਼ ਦਿਵਸ ਮਹਾਰਾਜ ਜੀ ਦਾ ਮਨਾਇਆ, ਆਪਾਂ ਗੁਰੂ ਨਾਨਕ ਦੇਵ ਜੀ ਦਾ। ਬਹੁਤ ਖੁਸ਼ੀ ਦੀ ਗੱਲ ਹੈ, ਜਿੱਥੇ ਆਪਾਂ ਗੁਰਦੁਆਰਿਆਂ 'ਚ ਮਨਾਉਂਦੇ ਹਾਂ ਉਹਦੇ ਵਿੱਚ ਕਿਉਂਕਿ ਸਿੱਖ ਸੰਗਤ ਹੁੰਦੀ ਹੈ, ਲੇਕਿਨ ਸਕੂਲਾਂ ਦੇ ਵਿੱਚ ਸਾਡੇ ਬਹੁਤ ਸਾਰੇ ਪਰਿਵਾਰ, ਸਾਡੇ ਕਰੀਬ 3000 ਬੱਚਾ ਕਰੀਬ ਸਿੱਖ ਨੌਨ ਸਿੱਖ ਬੱਚਾ ਹੈ, ਉਹਨਾਂ ਦੇ ਪੇਰੈਂਟਸ ਵੀ ਆਉਂਦੇ ਨੇ। ਬਹੁਤ ਅੱਛਾ ਮੈਸੇਜ ਗਿਆ ਜਦੋਂ ਸਾਡੇ ਛੋਟੇ ਛੋਟੇ ਬੱਚਿਆਂ ਨੇ ਬਹੁਤ ਸੋਹਣਾ ਕੀਰਤਨ ਕੀਤਾ। ਮੈਂ ਅੱਜ ਇੱਕ ਦਾਅਵੇ ਨਾਲ ਗੱਲ ਕਹਿ ਸਕਦਾ ਹਾਂ ਕਿ ਉਹਨਾਂ ਬੱਚਿਆਂ ਦੇ ਕੀਰਤਨ ਕਰਨ ਦਾ ਅਗਰ ਤੁਸੀਂ ਦੇਖਿਆ ਜਾਵੇ ਜੋ ਸਾਡੇ ਨਾਮੀ ਰਾਗੀ ਨੇ ਉਸ ਤਰ੍ਹਾਂ ਉਹਨਾਂ ਨੇ ਬੱਚਿਆਂ ਨੇ ਕੀਰਤਨ ਕੀਤਾ। ਔਰ ਇੱਕ ਜੋ ਸਾਡੇ ਚੇਅਰਮੈਨ ਸਾਹਿਬ ਨੇ ਹੁਣੀ ਗਿਆ ਸੀ ਢਾਡੀ ਜਥਾ, ਅਸੀਂ 12 ਢਾਡੀ 12 ਸੁਣਦੇ ਹਾਂ
ਦਸੇ ਪਾਤਸ਼ਾਹ ਜ਼ਿਆਦਾ ਹੁੰਦੀਆਂ ਢਾਡੀ ਵਾਰਾਂ ਜਾਂ ਸਿੰਘਾਂ ਦੇ ਬੜੇ ਪ੍ਰਸੰਗ ਹੁੰਦੇ ਨੇ, ਲੇਕਿਨ ਮਹਾਰਾਜ ਦੇ ਗੁਰੂ ਨਾਨਕ ਦੇ ਜੀਵਨ ਦੇ ਉੱਪਰ ਵੀ ਉਹਨਾਂ ਨੇ ਢਾਡੀ ਵਾਰਾਂ ਗਾ ਕੇ ਬੱਚਿਆਂ ਨੇ ਉਹਨੇ ਜੀਵਨ ਬਾਰੇ ਦੱਸਿਆ, ਜਿੱਥੇ ਆਪਾਂ ਸਿੱਖਾਂ ਨੂੰ ਤਾਂ ਖੈਰ ਬਹੁਤ ਜ਼ਿਆਦਾ ਪਤਾ ਲੱਗ ਜਾਂਦਾ ਹੈ, ਲੇਕਿਨ ਗੈਰ ਸਿੱਖਾਂ ਨੂੰ ਜੋ ਪਤਾ ਲੱਗਦਾ ਹੈ ਉਹ ਸਕੂਲਾਂ 'ਚ ਆ ਕੇ ਪਤਾ ਲੱਗਦਾ ਹੈ ਕਿ ਸਾਡਾ ਬੱਚਾ ਸਿੱਖੀ ਦੇ ਬਾਰੇ ਪਤਾ ਲੱਗਾ ਹੈ। ਮੈਂ ਇਹਦਾ ਸਮੂਹ ਜੋ ਸਾਡੇ ਮੈਨੇਜਮੈਂਟ ਹੈ ਉਹਦਾ ਧੰਨਵਾਦ, ਔਰ ਟੀਚਰਸ ਦਾ ਧੰਨਵਾਦ, ਉਹਨਾਂ ਬੱਚਿਆਂ ਦਾ ਵੀ ਧੰਨਵਾਦ, ਉਹਨਾਂ ਬੱਚਿਆਂ ਦੇ ਮਾਂ ਪਿਓ ਦਾ ਧੰਨਵਾਦ ਜਿਹਨਾਂ ਬੱਚਿਆਂ ਨੇ ਆਪਣੇ ਬੱਚਿਆਂ ਨੂੰ ਇਸ ਕੰਮ 'ਚ ਲਗਾਇਆ ਹੈ, ਸਕੂਲੇ ਦਾਖਲ ਕੀਤਾ। ਅੱਜ ਉਹ ਬੱਚਿਆਂ ਦੀ ਰੀਲ ਜਾਏਗੀ ਬੱਚਿਆਂ ਦੀ, ਮੈਂ ਮੰਨਦਾ ਹਾਂ ਕਿ ਲੋਕਾਂ ਨੂੰ ਪਤਾ ਲੱਗੇਗਾ, ਜਿਹੜੇ ਕਹਿੰਦੇ ਪ੍ਰਚਾਰ ਨਹੀਂ ਹੁੰਦਾ, ਅੱਜ ਬੱਚੇ ਸਮਝਣਗੇ ਕਿ ਕਿੰਨਾ ਪ੍ਰਚਾਰ ਕੀਤੇ ਜਾ ਰਹੀ, ਦਿੱਲੀ ਕਮੇਟੀ ਕਿੰਨਾ ਪ੍ਰਚਾਰ ਕਰ ਰਹੀ ਹੈ। ਵਾਹਿਗੁਰੂ ਜੀ।